ਹੋਏ ਸਾਡੇ ਨੌਜਵਾਨ ਜਿਹੜੇ ਮੁੰਡੇ ਨੇ ਉਹ ਤੇ ਨਸ਼ੇ ਦੇ ਵਿੱਚ ਮਾਰੀ ਰਹੇ ਆ। ਇਹ ਕੁੜੀਆਂ ਦਾ ਵੀ ਵੇਖ ਲਓ ਜੰਡਿਆਲਾ ਗੁਰੂ ਦੇ ਵਿੱਚ ਕੀ ਹਾਲ ਆ, ਔਰ ਪੁਲਿਸ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਵਾ ਤੇ ਸਰਕਾਰ ਸੁੱਤੀ ਪਈ ਆ। ਸੋ ਮੈਂ ਬੇਨਤੀ ਕਰਦਾ ਵਾਂ ਸਤਿਕਾਰਯੋਗ ਹਰਭਜਨ ਸਿੰਘ ETO ਕੈਬਨਿਟ ਮੰਤਰੀ ਸਾਹਿਬ ਨੂੰ ਕਿ ਇਹ ਧੀਆਂ ਜਿਹੜੀਆਂ ਵਾ ਇਹ ਆਪਣੀ ਜ਼ਿੰਦਗੀ ਗਵਾ ਰਹੀਆਂ ਨੇ ਨਸ਼ੇ ਦੇ ਵਿੱਚ। ਸੋ ਇਹਦੇ ਵਾਸਤੇ ਜਿਹੜਾ ਵਾ ਗੰਭੀਰਤਾ ਦੇ ਨਾਲ ਸੋਚੋ, ਇਹ ਰੀਬਨ ਕਟਾਈਆਂ, ਇਹ ਜਿਹੜੇ ਨੀਂਹ ਪੱਥਰ ਰੱਖੇ ਜਾਂਦੇ ਆ, ਇਹ ਤਾਂ ਤੁਸੀਂ ਵੋਟਾਂ ਲੈਣ ਕਰਕੇ ਸਾਰਾ ਕੁਝ ਕਰਨਾ ਹੀ ਆ, ਪਰ ਇਸ ਵੇਲੇ ਚਿੰਤਾ ਦਾ ਵਿਸ਼ਾ ਜਿਹੜਾ ਵਾ ਉਹ ਨਸ਼ਾ ਵਾ। ਸੋ ਆਹ ਬਸ਼ਰਮੀ ਵਾਲੀ ਗੱਲ ਆ ਕਿ ਲੜਕੀਆਂ ਵੀ ਸਾਡੀਆਂ ਜਿਹੜੀਆਂ ਨੇ, ਸਾਡੀਆਂ ਧੀਆਂ ਜਿਹੜੀਆਂ ਨੇ ਨਸ਼ੇ ਦੇ ਵਿੱਚ ਜਿਹੜੀਆਂ ਵਾ ਆਪਣੀ ਜ਼ਿੰਦਗੀ ਬਰਬਾਦ ਕਰਨ ਡੀਆਂ। ਇਹ ਜੰਡਿਆਲਾ ਗੁਰੂ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਦਾ ਆਪਣਾ ਸ਼ਹਿਰ ਆ। ਸੋ ਸਵੇਰੇ ਸਵੇਰ ਦਾ ਵੇਖੋ ਟਾਈਮ ਹੈ ਜਿੱਥੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਨ ਜਾ ਰਹੇ ਆ ਵਧੀਆ ਐਜੂਕੇਸ਼ਨ ਲੈਣ ਵਾਸਤੇ, ਉੱਥੇ ਇਹ ਜਿਹੜੀਆਂ ਲੜਕੀਆਂ ਨੇ ਸਾਡੀਆਂ ਧੀਆਂ ਨੇ ਜਿਹੜੀਆਂ ਇਹ ਨਸ਼ੇ ਦੇ ਵਿੱਚ ਵੇਖੋ ਕਿਸ ਤਰ੍ਹਾਂ ਜਿਹੜਾ ਉਹ ਗਲਤਾਨ ਹੋ ਰਹੀਆਂ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਸ਼ੇ 'ਚ ਧੁੱਤ ਇੱਕ ਲੜਕੀ ਨਜ਼ਰ ਆ ਰਹੀ ਹੈ ਜਿਸ ਨੂੰ ਕੋਈ ਹੋਸ਼ ਨਹੀਂ ਕਿ ਉਹ ਕਿੱਥੇ ਬੈਠੀ ਹੈ, ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ। ਤਾਂ ਦੱਸਦੇ ਕਿ ਨਸ਼ਾ ਤਸਕਰਾਂ ਵੱਲੋਂ ਧੜੱਲੇ ਨਾਲ ਨਸ਼ਾ ਵੇਚਿਆ ਜਾ ਰਿਹਾ ਤੇ ਪੰਜਾਬ ਦੀ ਜਵਾਨੀ ਲਗਾਤਾਰ ਇਸ ਨਸ਼ੇ ਦੀ ਚਪੇੜ ਦੇ ਵਿੱਚ ਬੁਰੀ ਤਰੀਕੇ ਨਾਲ ਫਸਦੀ ਹੋਈ ਨਜ਼ਰ ਆ ਰਹੀ ਹੈ, ਜਿਸ ਨੂੰ ਬਿਆਨ ਕਰਦੀਆਂ ਨੇ ਤਸਵੀਰਾਂ। ਤੁਸੀਂ ਨਸ਼ੇ 'ਚ ਧੁੱਤ ਮੁੰਡੇ ਤਾਂ ਵੇਖੇ ਹੋਣਗੇ, ਪਰ ਇਹ ਵੀਡੀਓ ਦੇ ਵਿੱਚ ਲੜਕੀ ਨਸ਼ੇ ਦੇ ਵਿੱਚ ਧੁੱਤ ਨਜ਼ਰ ਆ ਰਹੀ ਹੈ। ਇਸ ਨੂੰ ਕੋਈ ਹੋਸ਼ ਨਹੀਂ ਤੇ ਇਹ ਇੱਕ ਸੀਵਰੇਜ ਦੇ ਢੱਕਣ ਤੇ ਬੈਠੀ ਹੈ ਜਿਸਦਾ ਕਿ ਇਸ ਨੂੰ ਕੋਈ ਪਤਾ ਨਹੀਂ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵੀਡੀਓ ਜੰਡਿਆਲਾ ਗੁਰੂ ਦੀ ਹੈ ਜਿੱਥੇ ਆਏ ਦਿਨ ਨਸ਼ੇ ਕਰਕੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਹੁਣ ਕੁੜੀਆਂ ਦੀ ਵੀ ਨਸ਼ੇ ਕਰਦੇ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਸ ਨੇ ਹਰ ਪੰਜਾਬੀ ਨੂੰ ਹੈਰਾਨ ਕਰ ਦਿੱਤਾ ਹੈ। ਜੰਡਿਆਲਾ ਗੁਰੂ ਦੇ ਵਿੱਚ ਇੱਕ ਔਰਤ ਦਾ ਕਹਿਣਾ ਹੈ ਕਿ ਨਸ਼ੇ ਨੇ ਘਰਾਂ ਦੇ ਘਰ ਉਜਾੜ ਦਿੱਤੇ ਨੇ ਤੇ ਉਸਦਾ ਮੁੰਡਾ ਸੀ ਉਹ ਵੀ ਨਸ਼ੇ ਕਰਦਾ ਹੈ ਤੇ ਘਰ ਦੀਆਂ ਸਾਰੀਆਂ ਚੀਜ਼ਾਂ ਵੇਚ ਦਿੰਦਾ ਹੈ। ਤਾਂ ਦੱਸਦੇ ਕਿ ਲਗਾਤਾਰ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਲੜਕੀਆਂ ਦੇ ਵੀ ਨਸ਼ੇ ਕਰਦੇ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ। ਤਸਵੀਰਾਂ ਵਿੱਚ ਵਿਖ ਰਹੀ ਲੜਕੀ ਸਾਫ਼ ਤਰੀਕੇ ਦੇ ਨਾਲ ਨਸ਼ੇ ਵਿੱਚ ਧੁੱਤ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾਈ ਜਾਂਦੀ ਹੈ ਤੇ ਇਹ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀ ਜਾਂਦੀ ਹੈ। ਬਹੁਤ ਮਾੜੇ ਹਾਲਾਤ ਹੋਏ ਪਏ ਇੱਥੇ ਜੰਡਿਆਲੇ ਦੇ ਵਿੱਚ, ਬਹੁਤ ਨਸ਼ਾ ਚੱਲ ਰਿਹਾ ਹੈ ਇੱਥੇ, ਜੋ ਟੀਕਾ ਜੋ ਚਿੱਟਾ ਜੋ ਵੀ ਹੈਗਾ ਬਹੁਤ ਜ਼ਿਆਦਾ ਹੋ ਰਿਹਾ। ਸਾਡੇ ਬੱਚੇ ਬਿਲਕੁਲ ਮਰਨ ਤੱਕ ਗਏ ਆ, ਟੀਕੇ ਤਿੰਨ ਤਿੰਨ ਚਾਰ ਚਾਰ ਟੀਕੇ ਲਾਉਂਦਾ ਹੈ ਦਿਹਾੜੀ ਦੇ ਵਿੱਚ। ਹਾਂਜੀ, ਜੋ ਵੀ ਹੈਗਾ ਆ ਸਾਡਾ ਘਰ ਦਾ ਸਮਾਨ ਕੱਖ ਨਹੀਂ ਛੱਡਿਆ, ਮੇਰੇ ਘਰ ਰੋਟੀ ਖਾਣ ਨੂੰ ਮੈਂ ਆਤਰ ਹੋ ਗਈ, ਮੇਰੀਆਂ ਚੀਜ਼ਾਂ ਸਭ ਪਾਤਿਆਂ, ਜੋ ਬਿਸਤਰਾ ਜੋ ਮੇਰੀ ਪੇਟੀ ਅਲਮਾਰੀ ਭਾਂਡੇ ਜੋ ਮੇਰੇ ਦਰਵਾਜ਼ੇ ਲਾ ਲਾ ਕੇ ਸਾਰੇ। ਕੀ ਲੱਗਦਾ ਕਿ ਇਹਦੇ ਵਿੱਚ ਅਣਗਹਿਲੀ ਜਿਹੜੀ ਆ ਉਹ ਪੁਲਿਸ ਦੀ ਆ ਕਿ ਸਰਕਾਰ ਦੀ ਆ? ਪੁਲਿਸ ਦੀ ਆ ਜਾਂ ਸਰਕਾਰ ਦੀ ਵੀ ਆ ਕੁਛ? ਹਾਂਜੀ, ਦੋ ਤਰ੍ਹਾਂ ਦੀ ਹੋ ਗਈ ਆ, ਪੁਲਿਸ ਫੜਦੀ ਨਹੀਂ, ਉਹਨਾਂ ਨੂੰ ਫੜ ਕੇ ਕਿਤੇ ਕਿਸੇ ਬੰਨੇ ਲਾਉਣ, ਸਰਕਾਰ ਪਿੱਛੋਂ ਬੰਦ ਕਰੇ, ਆਪੇ ਕੁਛ ਥੋੜਾ ਜਿਹਾ ਫਰਕ ਪਵੇ, ਬੱਚੇ ਵੀ ਹਟ ਜਾਣਗੇ, ਜਦੋਂ ਕੁਛ ਮਿਲੂ ਨਾ ਇਹਨਾਂ ਨੂੰ ਆਪੇ ਬੱਚੇ ਹਟਣਗੇ, ਜਦੋਂ ਪਿੱਛੋਂ ਬੰਦ ਹੋ ਜਾਊਗਾ ਆਪੇ ਬੱਚੇ ਹਟ ਜਾਣਗੇ। ਦੇਖੋ ਦੇਖ ਬੱਚੇ ਲੱਗਣਗੇ, ਲੋਕਾਂ ਦੇ ਵੀ ਖਰਾਬ ਹੋਣਗੇ।